ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਰੀਕ ਸਿੰਘ ਹੈ ਜੀ, ਮੈਂ ਗੁਰੂ ਸਾਹਿਬ ਤੋਂ ਹਾਂ। ਮੇਰਾ ਅੱਜ ਤੋਂ 3-4 ਸਾਲ ਪਹਿਲਾਂ ਐਕਸੀਡੈਂਟ ਹੋਇਆ ਸੀਗਾ, ਜਿਹਦੇ ਕਰਕੇ ਮੇਰੇ ਲੱਤਾਂ ਨੂੰ ਪ੍ਰੋਬਲਮ ਹੋ ਗਈ ਸੀਗੀ ਅਤੇ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਸੀਗਾ, ਅਤੇ ਮੇਰਾ ਵੇਟ ਵੱਧ ਗਿਆ ਅਤੇ 1 ਕੁਇੰਟਲ 46 ਕਿਲੋ ਹੋ ਗਿਆ। ਫਿਰ ਕਿਸੇ ਨੇ ਇੱਥੋਂ ਡਾਕਟਰ ਸਾਹਿਬ ਤੋਂ ਕਰਵਾਇਆ ਸੀਗਾ ਆਪਰੇਸ਼ਨ, ਅਤੇ ਉਹਨਾਂ ਦਾ ਵਜਨ ਘਟਿਆ ਸੀਗਾ। ਮੈਨੂੰ ਇੱਥੋਂ ਬਾਰੇ 10 ਪਈ ਅਤੇ ਮੈਂ ਇੱਥੇ ਪਹੁੰਚਿਆ ਅਤੇ ਮੈਂ ਵੀ ਮੁੜ ਕੇ ਇੱਥੋਂ ਆਪਰੇਸ਼ਨ ਕਰਾਇਆ। ਹੁਣ ਮੇਰਾ ਇਸ ਵਕਤ 6-7 ਕਿਲੋ ਵਜਨ ਘੱਟ ਗਿਆ ਅਤੇ ਮੈਂ ਅੱਗੇ ਨੂੰ ਤੁਰਨ ਫਿਰਨ ਵੀ ਲੱਗ ਪਿਆ। ਜਿਸ ਦਿਨ ਮੈਂ ਆਇਆ ਸੀ ਉਸ ਦਿਨ ਮੈਨੂੰ ਫੜ ਕੇ ਲਿਆਏ ਸੀਗੇ, ਹੁਣ ਮੈਂ ਆਪਦੀ ਤੁਰ ਕੇ ਆਇਆ ਇੱਥੇ। ਆਪਰੇਸ਼ਨ ਤੋਂ ਬਾਅਦ ਕੋਈ ਮੈਨੂੰ ਖਾਣ ਪੀਣ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਆਏਗੀ, ਅਤੇ ਮੈਂ ਤੁਹਾਨੂੰ ਸਭ ਦੀ ਇਸ ਗੱਲ 'ਤੇ ਖੁਸ਼ ਹਾਂ ਵੀ ਮੈਂ ਤੁਰ ਫਿਰ ਸਕਦਾ ਅਤੇ ਕੱਲ੍ਹ ਨੂੰ ਕੋਈ ਆਪਦਾ ਕੰਮ ਕਾਰ ਵੀ ਕਰ ਸਕਦਾ। ਅਤੇ ਡਾਕਟਰ ਸਾਹਿਬ ਨੇ ਮੇਰੀ ਬਹੁਤ ਇਹ ਸਰਜਰੀ ਵਿੱਚ ਹੈਲਪ ਕੀਤੀ ਆ, ਅਤੇ ਮੋਗੇ ਦੇ ਵਿੱਚ ਸਾਰੇ ਪੰਜਾਬ ਤੋਂ ਵੱਡਾ ਸੈਂਟਰ ਖੁੱਲ੍ਹ ਰਿਹਾ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੀ ਸਰਜਰੀਆਂ ਹੋਣਗੀਆਂ। ਅਤੇ ਮੈਂ ਤਾਂ ਕਹਿੰਦਾ ਜਿਨ੍ਹਾਂ ਦਾ ਮੋਟਾਪਾ ਜ਼ਿਆਦਾ ਵੱਧਦਾ, ਵਜ਼ਨ ਜ਼ਿਆਦਾ ਵੱਧਦਾ, ਉਹ ਆ ਕੇ ਆਪੋ ਆਪਣਾ ਕਰਵਾਓ ਓਪਰੇਸ਼ਨ ਵੱਧ ਤੋਂ ਵੱਧ ਅਤੇ ਫਾਇਦਾ ਉਠਾਓ। ਅਤੇ ਬਹੁਤ ਕਾਮਯਾਬ ਓਪਰੇਸ਼ਨ ਆ ਇਹ, ਮੇਰਾ ਵਜ਼ਨ ਬਹੁਤ ਤੇਜ਼ੀ ਨਾਲ ਘੱਟ ਰਿਹਾ ਅਤੇ ਸਟਾਫ ਇੱਥੋਂ ਦਾ ਬਹੁਤ ਵਧੀਆ, ਜਾਣੀ ਕਿ ਬਹੁਤ ਜ਼ਿਆਦਾ ਹੈਲਪ ਕਰਦਾ, ਬਹੁਤ ਜ਼ਿਆਦਾ ਕੇਅਰ ਕਰਦਾ। ਅਤੇ ਧੰਨਵਾਦ ਜੀ।